19 ਅਪ੍ਰੈਲ 1912 ਨੂੰ ਅਮਰੀਕਾ ਦੇ ਨਿਊਯਾਰਕ ਦੇ ਵਿੱਚ ਟਾਈਟੈਨਿਕ ਜਿਹੜਾ ਜਹਾਜ਼ ਦਾ ਹਾਦਸਾ ਹੋਇਆ ਸੀ, ਇਸ ਦੀ ਪੂਰੀ ਜਾਂਚ ਕਰਨ ਦੇ ਲਈ ਇੱਕ ਟੀਮ ਬਣਾਈ ਜਾਂਦੀ ਹੈ। ਇਹ ਜਾਂਚ ਟੀਮ ਦਾ ਕੰਮ ਸੀ ਕਿ ਟਾਈਟੈਨਿਕ ਹਾਦਸੇ ਦੇ ਵਿੱਚ ਜਿੰਨੇ ਲੋਕ ਬਚ ਗਏ ਸਨ ਸਾਰਿਆਂ ਦੇ ਬਿਆਨ ਲੈਣੇ ਤੇ ਉਹਨਾਂ ਤੋਂ ਪੁੱਛਣਾ ਕਿ ਟਾਈਟੈਨਿਕ ਹਾਦਸਾ ਤੁਹਾਡੇ ਹਿਸਾਬ ਦੇ ਨਾਲ ਕਿਉਂ ਅਤੇ ਕਿਵੇਂ ਹੋਇਆ ਹੈ। ਇਹ ਜਾਂਚ ਟੀਮ ਨੂੰ ਇੱਕ ਬਹੁਤ ਹੀ ਜ਼ਿਆਦਾ ਹੈਰਾਨੀਜਨਕ ਗੱਲ ਪਤਾ ਲੱਗਦੀ ਹੈ ਆਪਣੀ ਜਾਂਚ ਦੇ ਦੌਰਾਨ ਕਿ ਟਾਈਟੈਨਿਕ ਦਾ ਜਿਹੜਾ ਕਰੂ ਸੀ ਟਾਈਟੈਨਿਕ ਜਹਾਜ਼ ਨੂੰ ਚਲਾਉਣ ਵਾਲਾ, ਉਸ ਦੇ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਪੋਟਲਾਈਟ ਜਾਂ ਕੋਈ ਹੈੱਡਲਾਈਟ ਵਗੈਰਾ ਨਹੀਂ ਸੀ। ਜਿਸ ਲਾਈਟ ਦੀ ਮਦਦ ਦੇ ਨਾਲ ਉਹ ਰਾਤ ਦੇ ਹਨੇਰੇ ਦੇ ਵਿੱਚ ਸਮੁੰਦਰ ਦੇ ਵਿੱਚ ਤੈਰ ਰਹੇ ਆਈਸਬਰਗ ਨੂੰ ਦੇਖ ਸਕਦੇ। ਇਹ ਇਕੱਲੀ ਟਾਈਟੈਨਿਕ ਦੀ ਕਹਾਣੀ ਨਹੀਂ ਹੈ, ਸਾਨੂੰ ਹੋਰ ਵੀ ਅਜਿਹੀਆਂ ਕਈ ਕਹਾਣੀਆਂ ਸੁਣਨ ਨੂੰ ਮਿਲਦੀਆਂ ਨੇ ਜਿਨ੍ਹਾਂ ਦੇ ਵਿੱਚ ਪਤਾ ਲੱਗਦਾ ਹੈ ਕਿ ਰਾਤ ਦੇ ਹਨੇਰੇ ਦੇ ਵਿੱਚ ਕਈ ਸਮੁੰਦਰੀ ਜਹਾਜ਼ ਆਪਸ ਦੇ ਵਿੱਚ ਟਕਰਾ ਗਏ ਜਾਂ ਕਿਸੇ ਹੋਰ ਚੀਜ਼ ਦੇ ਨਾਲ ਟਕਰਾ ਗਏ। ਇਹਨਾਂ ਸਾਰੇ ਹਾਦਸਿਆਂ ਤੋਂ ਬਾਅਦ ਲੋਕ ਅਕਸਰ ਇਹ ਸਵਾਲ ਉਠਾਉਂਦੇ ਨੇ ਕਿ ਰੋਡ ਦੇ ਉੱਪਰ ਗੱਡੀ ਚਲਾਉਣ ਦੇ ਲਈ, ਜਹਾਜ਼ ਦੇ ਲਈ ਅਤੇ ਟ੍ਰੇਨ ਚਲਾਉਣ ਦੇ ਲਈ ਵੀ ਹੈੱਡਲਾਈਟ ਦੀ ਜ਼ਰੂਰਤ ਪੈਂਦੀ ਹੈ। ਬਿਨਾਂ ਹੈੱਡਲਾਈਟ ਦੇ ਰਾਤ ਦੇ ਹਨੇਰੇ ਦੇ ਵਿੱਚ ਗੱਡੀ ਚਲਾਉਣਾ ਤਾਂ ਬਿਲਕੁਲ ਵੀ ਸੇਫ ਨਹੀਂ ਹੈ, ਤੇ ਉੱਥੇ ਜਿਹੜੇ ਇੰਨੇ ਵੱਡੇ ਵੱਡੇ ਸ਼ਿਪ ਨੇ ਜਾਂ ਛੋਟੇ ਸ਼ਿਪ ਨੇ, ਇਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਹੈੱਡਲਾਈਟ ਕਿਉਂ ਨਹੀਂ ਹੁੰਦੀ, ਜਦਕਿ ਇਹ ਇੰਨੀ ਜ਼ਿਆਦਾ ਇੰਪੋਰਟੈਂਟ ਚੀਜ਼ ਹੈ। ਤੇ ਬਿਨਾਂ ਹੈੱਡਲਾਈਟ ਦੇ ਕੋਈ ਵੀ ਸਮੁੰਦਰੀ ਜਹਾਜ਼ ਸਮੁੰਦਰ ਦੇ ਵਿੱਚ ਕਿਸ ਤਰ੍ਹਾਂ ਅੱਗੇ ਦੇਖਦਾ ਹੈ। ਜਿੰਨਾ ਇਹ ਸਵਾਲ ਸਾਨੂੰ ਸੁਣਨ ਦੇ ਵਿੱਚ ਸੌਖਾ ਲੱਗਦਾ ਹੈ, ਅਸਲ ਦੇ ਵਿੱਚ ਇਹ ਸਵਾਲ ਇੰਨਾ ਜ਼ਿਆਦਾ ਸੌਖਾ ਨਹੀਂ ਹੈ। ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਇਸ ਚੀਜ਼ ਦੇ ਬਾਰੇ ਬਿਲਕੁਲ ਡਿਟੇਲ ਦੇ ਵਿੱਚ ਜਾਣਕਾਰੀ ਦੂੰਗਾ, ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ। 10 ਅਪ੍ਰੈਲ 1912 ਨੂੰ ਉਸ ਸਮੇਂ ਦੀ ਦੁਨੀਆ ਦੀ ਸਭ ਤੋਂ ਵੱਡੀ ਸ਼ਿਪ ਟਾਈਟੈਨਿਕ ਇੰਗਲੈਂਡ ਤੋਂ ਨਿਊਯਾਰਕ ਦੇ ਵੱਲ 2,240 ਯਾਤਰੀਆਂ ਤੇ ਕਰੂ ਦੇ ਮੈਂਬਰਾਂ ਦੇ ਨਾਲ ਅਟਲਾਂਟਿਕ ਮਹਾਸਾਗਰ ਦੇ ਵਿੱਚ ਆਪਣਾ ਸਫ਼ਰ ਸ਼ੁਰੂ ਕਰਦੀ ਹੈ। ਅਟਲਾਂਟਿਕ ਮਹਾਸਾਗਰ ਇੱਕ ਅਜਿਹਾ ਮਹਾਸਾਗਰ ਹੈ ਜਿਹੜਾ ਆਪਣੇ ਬਹੁਤ ਜ਼ਿਆਦਾ ਠੰਡੇ ਪਾਣੀ ਅਤੇ ਬਹੁਤ ਵੱਡੇ ਵੱਡੇ ਆਈਸਬਰਗ ਦੇ ਲਈ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ। ਪਰ ਉਸ ਸਮੇਂ ਤੱਕ ਕੋਈ ਵੀ ਹਾਦਸਾ ਨਹੀਂ ਹੋਇਆ ਸੀ ਆਈਸਬਰਗ ਦੇ ਨਾਲ ਕਿਸੇ ਸ਼ਿਪ ਦੇ ਟਕਰਾਉਣ ਦਾ। ਪਰ 14 ਅਪ੍ਰੈਲ 1912 ਦੀ ਰਾਤ ਕੁਛ ਅਲੱਗ ਸੀ। ਉਸ ਸਮੇਂ ਟਾਈਟੈਨਿਕ ਜਹਾਜ਼ ਅਮਰੀਕਾ ਦੇ ਨਿਊਯਾਰਕ ਸ਼ਹਿਰ ਤੋਂ ਸਿਰਫ 745 ਕਿਲੋਮੀਟਰ ਦੂਰ ਸੀ। ਅਸਮਾਨ ਹਨੇਰੇ ਦੇ ਨਾਲ ਢੱਕਿਆ ਹੋਇਆ ਸੀ ਤੇ ਜਿਹੜਾ ਚੰਦ ਸੀ ਉਹ ਵੀ ਬੱਦਲਾਂ ਦੇ ਥੱਲੇ ਲੁਕਿਆ ਹੋਇਆ ਸੀ। ਹਨੇਰਾ ਇੰਨਾ ਜ਼ਿਆਦਾ ਸੀ ਕਿ ਸ਼ਿਪ ਦੇ ਅੱਗੇ ਕੁਛ ਵੀ ਦਿਖਾਈ ਨਹੀਂ ਦੇ ਰਿਹਾ ਸੀ, ਪਰ ਫਿਰ ਵੀ ਇਹ ਸ਼ਿਪ ਦਾ ਕਰੂ 500 ਮੀਟਰ ਸ਼ਿਪ ਤੋਂ ਅੱਗੇ ਇੱਕ ਬਰਫ਼ ਦੇ ਪਹਾੜ, ਬਹੁਤ ਵੱਡੇ ਪਹਾੜ ਜਿਹਨੂੰ ਕਿ ਆਪਾਂ ਆਈਸਬਰਗ ਕਹਿੰਦੇ ਹਾਂ, ਉਸ ਨੂੰ ਦੇਖ ਲੈਂਦਾ ਹੈ। ਤੇ ਟਾਈਟੈਨਿਕ ਜਹਾਜ਼ ਜਿਹੜਾ 269 ਮੀਟਰ ਲੰਬਾ ਸੀ ਅਤੇ 41 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਇਸ ਬਰਫ਼ ਦੇ ਪਹਾੜ ਜਾਂ ਕਿ ਇਸ ਆਈਸਬਰਗ ਵੱਲ ਵੱਧ ਰਿਹਾ ਸੀ। ਇਸ ਟੱਕਰ ਨੂੰ ਰੋਕਣਾ ਲਗਭਗ ਨਾਮੁਮਕਿਨ ਸੀ, ਕਿਉਂਕਿ ਸ਼ਿਪ ਨੂੰ ਰੋਕਣ ਦੇ ਵਿੱਚ ਜਾਂ ਉਸਦੀ ਡਾਇਰੈਕਸ਼ਨ ਚੇਂਜ ਕਰਨ ਦੇ ਵਿੱਚ ਕਾਫੀ ਸਮਾਂ ਲੱਗਦਾ ਹੈ। ਹੋਇਆ ਵੀ ਬਿਲਕੁਲ ਇਸ ਤਰ੍ਹਾਂ ਹੀ। ਆਈਸਬਰਗ ਦੇਖੇ ਜਾਣ ਤੋਂ 40 ਸੈਕਿੰਡ ਬਾਅਦ ਇਹ ਟਾਈਟੈਨਿਕ ਜਹਾਜ਼ ਉਸ ਆਈਸਬਰਗ ਜਾਂ ਕਿ ਬਰਫ਼ ਦੇ ਪਹਾੜ ਦੇ ਨਾਲ ਟਕਰਾ ਜਾਂਦਾ ਹੈ। ਇਹ ਟੱਕਰ ਇੰਨੀ ਜ਼ਿਆਦਾ ਜ਼ਬਰਦਸਤ ਸੀ ਕਿ ਟਾਈਟੈਨਿਕ ਦੀ ਜਿਹੜੀ ਲੋਹੇ ਦੀ ਬਾਡੀ ਸੀ ਉਸ ਦੇ ਅੰਦਰ ਇੱਕ ਬਹੁਤ ਵੱਡਾ ਹੋਲ ਹੋ ਜਾਂਦਾ ਹੈ ਤੇ ਸਿਰਫ 3 ਘੰਟਿਆਂ ਦੇ ਅੰਦਰ ਟਾਈਟੈਨਿਕ ਜਹਾਜ਼ 1500 ਯਾਤਰੀਆਂ ਦੇ ਨਾਲ ਸਮੁੰਦਰ ਦੇ ਅੰਦਰ ਸਮਾ ਜਾਂਦਾ ਹੈ। ਇਹ ਸੱਚੀ ਘਟਨਾ ਤਾਂ ਬਹੁਤ ਜ਼ਿਆਦਾ ਭਿਆਨਕ ਹੈ, ਪਰ ਅੱਗੇ ਉਹੀ ਗੱਲ ਆ ਜਾਂਦੀ ਹੈ ਕਿ ਅਸੀਂ ਇਸ ਚੀਜ਼ ਤੋਂ ਕੀ ਸਿੱਖਿਆ। ਇਹ ਹਾਦਸੇ ਤੋਂ ਤੁਰੰਤ ਬਾਅਦ ਅਮਰੀਕਾ ਦੇ ਵਿੱਚ USA ਦੇ ਸੈਨੇਟਰ ਵਿਲੀਅਮ ਇੱਕ ਇਨਕੁਆਇਰੀ ਕਮੇਟੀ ਬਿਠਾਉਂਦੇ ਨੇ ਜਾਂ ਕਹੀਏ ਇੱਕ ਜਾਂਚ ਕਮੇਟੀ ਬਿਠਾਉਂਦੇ ਨੇ। ਇਸ ਕਮੇਟੀ ਦਾ ਕੰਮ ਸੀ ਕਿ ਟਾਈਟੈਨਿਕ ਹਾਦਸੇ ਦੇ ਵਿੱਚ ਜਿਹੜੇ ਲੋਕ ਬਚ ਚੁੱਕੇ ਸਨ ਉਹਨਾਂ ਦੇ ਨਾਲ ਸਵਾਲ ਜਵਾਬ ਕਰਨੇ ਤੇ ਉਹਨਾਂ ਤੋਂ ਪੁੱਛਣਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਹਾਦਸੇ ਦਾ ਜ਼ਿੰਮੇਵਾਰ ਕੌਣ ਹੈ, ਜਾਂ ਫਿਰ ਇਹ ਹਾਦਸਾ ਕਿਵੇਂ ਰੋਕਿਆ ਜਾ ਸਕਦਾ ਸੀ। ਤੇ ਇਹ ਸਵਾਲ ਦਾ ਸਾਰੇ ਕਰੂ ਮੈਂਬਰਾਂ ਨੇ ਤਕਰੀਬਨ ਇੱਕ ਹੀ ਜਵਾਬ ਦਿੱਤਾ ਕਿ ਜੇਕਰ ਜਹਾਜ਼ ਦੇ ਕੋਲ ਆਪਣੀ ਹੈੱਡਲਾਈਟ ਜਾਂ ਕੋਈ ਸਪੋਟਲਾਈਟ ਹੁੰਦੀ ਤਾਂ ਉਹ ਦੂਰ ਤੋਂ ਹੀ ਆਈਸਬਰਗ ਨੂੰ ਦੇਖ ਲੈਂਦੇ ਤੇ ਇਹ ਟਕਰਾਅ ਹੋਣਾ ਹੀ ਨਹੀਂ ਸੀ ਤੇ ਜਹਾਜ਼ ਨੇ ਆਪਣੀ ਡਾਇਰੈਕਸ਼ਨ ਬਦਲ ਲੈਣੀ ਸੀ। ਜਾਣੀ ਕਿ ਜੇਕਰ ਜਹਾਜ਼ ਦੇ ਉੱਪਰ ਕਾਰ ਦੀ ਤਰ੍ਹਾਂ ਹੈੱਡਲਾਈਟ ਲੱਗੀ ਹੁੰਦੀ ਤਾਂ ਟਾਈਟੈਨਿਕ ਵਾਲਾ ਹਾਦਸਾ ਸ਼ਾਇਦ ਨਾ ਹੁੰਦਾ, ਇਸ ਨੂੰ ਡੁੱਬਣ ਤੋਂ ਬਚਾਇਆ ਜਾ ਸਕਦਾ ਸੀ। ਪਰ ਇੱਥੇ ਕਈ ਐਕਸਪਰਟ ਇਹ ਚੀਜ਼ ਦੱਸਦੇ ਨੇ ਕਿ ਸ਼ਿਪ ਦੇ ਉੱਪਰ ਜੇਕਰ ਹੈੱਡਲਾਈਟ ਲਗਾ ਦਿੱਤੀ ਜਾਵੇ ਤਾਂ ਇਸ ਦੇ ਨਾਲ ਸ਼ਿਪ ਦੇ ਬਚਣ ਦੇ ਚਾਂਸ ਤਾਂ ਘੱਟ ਨੇ, ਪਰ ਸ਼ਿਪ ਦੇ ਡੁੱਬਣ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ। ਮਤਲਬ ਕਿ ਜੇਕਰ ਟਾਈਟੈਨਿਕ ਜਹਾਜ਼ ਦੇ ਉੱਪਰ ਹੈੱਡਲਾਈਟ ਲੱਗੀ ਹੁੰਦੀ ਤਾਂ ਸ਼ਾਇਦ ਉਹ ਇੰਨਾ ਸਫ਼ਰ ਵੀ ਨਾ ਕਰ ਪਾਉਂਦਾ, ਇਸ ਤੋਂ ਪਹਿਲਾਂ ਹੀ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ। ਪਰ ਸਵਾਲ ਆਖਰ ਫਿਰ ਉਹੀ ਘੁੰਮ ਕੇ ਆਉਂਦਾ ਹੈ ਕਿ ਆਖਰ ਅਜਿਹਾ ਕਿਉਂ ਹੁੰਦਾ। ਸੈਕਿੰਡ ਵਰਲਡ ਵਾਰ ਦੇ ਦੌਰਾਨ ਜਪਾਨ ਦਾ ਜਿਹੜਾ ਇੱਕ ਬਹੁਤ ਜ਼ਿਆਦਾ
ਜ਼ਿਆਦਾ ਮਜ਼ਬੂਤ ਜੰਗੀ ਜਹਾਜ਼ ਸੀ ਜਿਸ ਦਾ ਨਾਮ ਸੀ ਆਟਾਸੁਕੀ। ਉਹਨਾਂ ਨੇ ਆਪਣੇ ਇਸ ਜਹਾਜ਼ ਦੇ ਉੱਪਰ ਦੋ ਬਹੁਤ ਵੱਡੀਆਂ ਕਾਰਬਨ ਹੈੱਡਲਾਈਟਾਂ ਲਗਾ ਦਿੱਤੀਆਂ ਸਨ। ਜਪਾਨੀ ਨੇਵੀ ਦਾ ਕਹਿਣਾ ਸੀ ਕਿ ਆਪਣੇ ਜਹਾਜ਼ ਦੀਆਂ ਇੰਨੀਆਂ ਵੱਡੀਆਂ ਹੈੱਡਲਾਈਟ ਦੇ ਨਾਲ ਉਹ ਰਾਤ ਦੇ ਹਨੇਰੇ ਦੇ ਵਿੱਚ ਵੀ ਆਪਣੇ ਦੁਸ਼ਮਣਾਂ ਦੇ ਸਮੁੰਦਰੀ ਜਹਾਜ਼ਾਂ ਨੂੰ ਬਹੁਤ ਦੂਰ ਖੜੇ ਹੀ ਚੰਗੀ ਤਰ੍ਹਾਂ ਦੇ ਨਾਲ ਦੇਖ ਲੈਣਗੇ ਤੇ ਉਹਨਾਂ ਦੇ ਉੱਪਰ ਹਮਲਾ ਕਰ ਦੇਣਗੇ। ਪਰ ਜਿੰਨੀ ਇਹ ਚੀਜ਼ ਸੁਣਨ ਦੇ ਵਿੱਚ ਵਧੀਆ ਲੱਗਦੀ ਹੈ, ਹੋਇਆ ਇਸ ਦੇ ਬਿਲਕੁਲ ਉਲਟਾ। 1942 12 ਨਵੰਬਰ ਦੀ ਰਾਤ ਨੂੰ ਜਦੋਂ ਜੰਗ ਚੱਲ ਰਹੀ ਹੁੰਦੀ ਹੈ, ਰਾਤ ਦੇ ਹਨੇਰੇ ਦੇ ਵਿੱਚ ਜਪਾਨੀ ਇਹ ਜੰਗੀ ਜਹਾਜ਼ ਆਟਾਸੁਕੀ ਆਪਣੀਆਂ ਹੈੱਡਲਾਈਟ ਆਨ ਕਰ ਦਿੰਦਾ ਹੈ ਤੇ ਜਿਵੇਂ ਹੀ ਇਹ ਜਪਾਨੀ ਜੰਗੀ ਜਹਾਜ਼ ਆਪਣੀ ਹੈੱਡਲਾਈਟ ਆਨ ਕਰਦਾ ਹੈ ਤਾਂ ਦੂਰ ਖੜੇ ਅਮੈਰੀਕਨ ਜਹਾਜ਼ ਨੂੰ ਇਸ ਦੀ ਸਹੀ ਲੋਕੇਸ਼ਨ ਮਿਲ ਜਾਂਦੀ ਹੈ ਜਪਾਨੀ ਜਹਾਜ਼ ਦੀ ਕਿ ਉਹ ਕਿਸ ਜਗ੍ਹਾ ਦੇ ਵਿੱਚ ਤੇ ਕਿੱਥੇ ਖੜਾ ਹੈ। ਇਸ ਤੋਂ ਪਹਿਲਾਂ ਕਿ ਜਪਾਨੀ ਜਹਾਜ਼ ਆਪਣੇ ਸਾਹਮਣੇ ਖੜੇ ਕਿਸੇ ਹੋਰ ਜਹਾਜ਼ ਦੇ ਉੱਪਰ ਹਮਲਾ ਕਰਦਾ, ਉਸ ਤੋਂ ਪਹਿਲਾਂ ਹੀ ਸਾਰੇ ਅਮੈਰੀਕਨ ਜਹਾਜ਼ ਘੇਰ ਕੇ ਇਸ ਜਪਾਨੀ ਜਹਾਜ਼ ਦੇ ਉੱਪਰ ਹਮਲਾ ਕਰ ਦਿੰਦੇ ਨੇ, ਕਿਉਂਕਿ ਆਪਣੇ ਜਹਾਜ਼ ਦੇ ਉੱਪਰ ਲੱਗੀ ਹੈੱਡਲਾਈਟ ਦੀ ਵਜ੍ਹਾ ਦੇ ਕਾਰਨ ਇਹ ਜਪਾਨੀ ਜਹਾਜ਼ ਨੂੰ ਹੁਣ ਹਰ ਕੋਈ ਆਲੇ ਦੁਆਲੇ ਤੋਂ ਦੇਖ ਰਿਹਾ ਸੀ। ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਜਿਸ ਕਾਰਨ ਸ਼ਿਪ ਦੇ ਉੱਪਰ ਹੈੱਡਲਾਈਟ ਨਹੀਂ ਲਗਾਈ ਜਾਂਦੀ। ਇਹ ਤਾਂ ਸੀ ਪਹਿਲਾਂ ਵਾਲੇ ਸਮੇਂ ਦੀ ਗੱਲ, ਪਰ ਜੇਕਰ ਆਪਾਂ ਅੱਜ ਦੇ ਸਮੇਂ ਦੇਖੀਏ, ਅੱਜ ਤਾਂ ਕਿਸੇ ਦੇਸ਼ ਦੀ ਜੰਗ ਨਹੀਂ ਚੱਲ ਰਹੀ, ਫਿਰ ਅੱਜ ਵੀ ਕਿਉਂ ਨਹੀਂ ਸ਼ਿਪ ਦੇ ਅੱਗੇ ਹੈੱਡਲਾਈਟ ਲਗਾਈ ਜਾਂਦੀ? ਅੱਜ ਤੋਂ ਕਈ ਸੌ ਸਾਲ ਪਹਿਲਾਂ ਤੋਂ ਹੀ ਸਮੁੰਦਰ ਦੇ ਵਿੱਚ ਅੱਗੇ ਦੇਖਣ ਦੇ ਲਈ ਇਨਸਾਨੀ ਅੱਖਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਸ਼ਿਪ ਦੇ ਅੰਦਰ ਖਾਸ ਤਰ੍ਹਾਂ ਦੇ ਇੱਕ ਕਰੂ ਮੈਂਬਰ ਹੁੰਦੇ ਨੇ ਜਿਨ੍ਹਾਂ ਦਾ ਕੰਮ ਹੁੰਦਾ ਹੈ ਸਿਰਫ ਤੇ ਸਿਰਫ ਅੱਗੇ ਦੇਖਣਾ ਤੇ ਦੂਰ ਤੋਂ ਕਿਸੇ ਵੀ ਜਹਾਜ਼ ਜਾਂ ਕਿਸੇ ਵੀ ਤਰ੍ਹਾਂ ਦੇ ਖਤਰੇ ਨੂੰ ਦੇਖ ਕੇ ਉਸ ਨੂੰ ਐਨਾਲਾਈਜ਼ ਕਰਨਾ ਤੇ ਆਪਣੇ ਕੈਪਟਨ ਨੂੰ ਦੱਸਣਾ। ਜਿਹੜੇ ਕਰੂ ਦੇ ਮੈਂਬਰ ਹੁੰਦੇ ਨੇ ਇਹਨਾਂ ਨੂੰ ਲੁੱਕ ਆਊਟ ਪਰਸਨ ਕਿਹਾ ਜਾਂਦਾ ਹੈ, ਯਾਨੀ ਕਿ ਅੱਗੇ ਦੇਖਣ ਵਾਲੇ ਜਾਂ ਦੂਰ ਤੱਕ ਦੇਖਣ ਵਾਲੇ ਜਿਹੜੇ ਲੋਕ ਹੁੰਦੇ ਨੇ ਇਹਨਾਂ ਦਾ ਨਾਮ ਹੈ ਲੁੱਕ ਆਊਟ ਪਰਸਨ। ਇਹ ਆਪਣੇ ਕੰਮ ਦੇ ਵਿੱਚ ਇੰਨੇ ਜ਼ਿਆਦਾ ਐਕਸਪਰਟ ਹੁੰਦੇ ਨੇ ਕਿ ਆਪਣੀਆਂ ਨੰਗੀਆਂ ਅੱਖਾਂ ਦੇ ਨਾਲ ਵੀ ਇਹ ਬਹੁਤ ਦੂਰ ਤੋਂ ਚੱਲ ਰਹੇ ਇੱਕ ਛੋਟੇ ਜਿਹੇ ਸ਼ਿਪ ਨੂੰ ਵੀ ਚੰਗੀ ਤਰ੍ਹਾਂ ਪਹਿਚਾਣ ਲੈਂਦੇ ਨੇ ਤੇ ਇਹ ਵੀ ਦੇਖ ਲੈਂਦੇ ਨੇ ਕਿ ਉਹ ਸ਼ਿਪ ਕਿੰਨਾ ਵੱਡਾ ਹੈ ਤੇ ਕਿਹੜੀ ਡਾਇਰੈਕਸ਼ਨ ਵੱਲ ਜਾ ਰਿਹਾ ਹੈ। ਅੱਜ ਦੇ ਸਮੇਂ ਵੀ ਸ਼ਿਪ ਦੇ ਉੱਪਰ ਚਾਹੇ ਕਿੰਨੀ ਮਾਡਰਨ ਟੈਕਨੋਲੋਜੀ ਆ ਗਈ ਹੈ, ਪਰ ਫਿਰ ਵੀ ਇਹਨਾਂ ਲੁੱਕਆਊਟ ਮੈਂਬਰਾਂ ਨੂੰ ਸ਼ਿਪ ਦੇ ਉੱਪਰ ਜ਼ਰੂਰ ਰੱਖਿਆ ਜਾਂਦਾ ਹੈ। ਹੁਣ ਵੀ ਉਹੀ ਗੱਲ ਆ ਜਾਂਦੀ ਹੈ ਕਿ ਰਾਤ ਦੇ ਹਨੇਰੇ ਦੇ ਵਿੱਚ ਸ਼ਿਪ ਦੇ ਕੋਲ ਕੋਈ ਆਪਣੀ ਹੈੱਡਲਾਈਟ ਤਾਂ ਹੁੰਦੀ ਨਹੀਂ, ਫਿਰ ਜਿਹੜੇ ਲੁੱਕਆਊਟ ਪਰਸਨ ਹੁੰਦੇ ਨੇ ਇਹ ਸ਼ਿਪ ਦੇ ਅੱਗੇ ਦੂਰ ਤੱਕ ਰਾਤ ਦੇ ਹਨੇਰੇ ਵਿੱਚ ਕਿਵੇਂ ਦੇਖਦੇ ਨੇ। ਹੈੱਡਲਾਈਟ ਨਾ ਹੋਣ ਦਾ ਮਤਲਬ ਇਹ ਵੀ ਨਹੀਂ ਹੈ ਕਿ ਸਮੁੰਦਰ ਦੇ ਵਿੱਚ ਜਿਹੜੇ ਜਹਾਜ਼ ਤੈਰਦੇ ਹੁੰਦੇ ਨੇ ਉਹਨਾਂ ਦੀ ਕੋਈ ਆਪਣੀ ਨੈਵੀਗੇਸ਼ਨ ਲਾਈਟ ਨਹੀਂ ਹੁੰਦੀਆਂ। ਸਾਲ 1830 ਦੇ ਵਿੱਚ ਅਮਰੀਕਾ ਨੇ ਸੂਰਜ ਛਿਪਣ ਤੋਂ ਬਾਅਦ ਜਿੰਨੇ ਵੀ ਸ਼ਿਪ ਸਮੁੰਦਰ ਦੇ ਵਿੱਚ ਉਸ ਸਮੇਂ ਚੱਲਦੇ ਸਨ, ਉਸ ਸਮੇਂ ਤੋਂ ਹੀ ਇਹਨਾਂ ਨੇ ਕਾਨੂੰਨ ਬਣਾਇਆ ਹੈ ਕਿ ਸਾਰੇ ਸ਼ਿਪ ਨੂੰ ਆਪਣੇ ਉੱਪਰ ਕੁਝ ਨੈਵੀਗੇਸ਼ਨ ਲਾਈਟਸ ਜ਼ਰੂਰ ਕੈਰੀ ਕਰਨੀਆਂ ਪੈਣਗੀਆਂ ਜਾਂ ਜ਼ਰੂਰ ਲਗਾਉਣੀਆਂ ਪੈਣਗੀਆਂ। ਹੁਣ ਇਹ ਲਾਈਟਾਂ ਕਿਸ ਤਰ੍ਹਾਂ ਦੀਆਂ ਹੋਣਗੀਆਂ ਉਸ ਸਮੇਂ ਇਹ ਸਾਫ਼-ਸਾਫ਼ ਨਹੀਂ ਲਿਖਿਆ ਗਿਆ ਸੀ, ਪਰ 1848 ਦੇ ਵਿੱਚ ਯੂਨਾਈਟਿਡ ਕਿੰਗਡਮ ਨੇ ਰਾਤ ਦੇ ਸਮੇਂ ਸਮੁੰਦਰ ਦੇ ਵਿੱਚ ਸਫ਼ਰ ਕਰਨ ਵਾਲੇ ਜਹਾਜ਼ਾਂ ਦੇ ਲਈ ਕੁਝ ਖਾਸ ਤਰ੍ਹਾਂ ਦੇ ਸਖ਼ਤ ਰੂਲ ਬਣਾ ਦਿੱਤੇ ਸਨ। ਯੂਨਾਈਟਿਡ ਕਿੰਗਡਮ ਨੇ ਇਹ ਰੂਲ ਕਰ ਦਿੱਤਾ ਸੀ ਕਿ ਰਾਤ ਦੇ ਸਮੇਂ ਰੈੱਡ, ਗ੍ਰੀਨ, ਯੈਲੋ ਲਾਈਟਾਂ ਨੂੰ ਸਾਰੇ ਸ਼ਿਪ ਵਾਲੇ ਆਪਣੇ ਸ਼ਿਪ ਦੇ ਬ੍ਰਿਜ ਦੇ ਉੱਪਰ ਜ਼ਰੂਰ ਲਗਾਉਣ ਅਤੇ ਜਗਾ ਕੇ ਰੱਖਣ। ਇਹਨਾਂ ਨੂੰ ਨੈਵੀਗੇਸ਼ਨ ਲਾਈਟ ਤੇ ਪੋਜੀਸ਼ਨ ਲਾਈਟ ਦਾ ਨਾਮ ਦਿੱਤਾ ਗਿਆ ਸੀ। ਇਹ ਲਾਈਟਾਂ ਜ਼ਿਆਦਾ ਪਾਵਰਫੁੱਲ ਲਾਈਟਾਂ ਨਹੀਂ ਹੁੰਦੀਆਂ, ਬਲਕਿ ਲੋਅ ਪਾਵਰ ਵਾਲੀਆਂ ਹੁੰਦੀਆਂ ਨੇ, ਪਰ ਇਹ ਲਾਈਟਾਂ ਜਹਾਜ਼ ਦੇ ਉੱਪਰ ਲੱਗਣ ਦੇ ਨਾਲ ਰਾਤ ਦੇ ਸਮੇਂ ਜਿਹੜੇ ਜਹਾਜ਼ਾਂ ਦੇ ਸਮੁੰਦਰੀ ਜਹਾਜ਼ਾਂ ਦੇ ਐਕਸੀਡੈਂਟ ਹੁੰਦੇ ਸਨ ਉਹ ਕਾਫ਼ੀ ਜ਼ਿਆਦਾ ਘੱਟ ਗਏ ਸਨ। ਇਹ ਲਾਈਟਾਂ ਦੀ ਖਾਸ ਗੱਲ ਇਹ ਹੁੰਦੀ ਹੈ ਕਿ ਇਹ ਲਾਈਟਾਂ ਤੁਹਾਨੂੰ ਨੈਵੀਗੇਟ ਨਹੀਂ ਕਰਦੀਆਂ, ਬਲਕਿ ਜਿਹੜਾ ਸ਼ਿਪ ਤੁਹਾਡੇ ਅੱਗੇ ਜਾਂ ਤੁਹਾਡੇ ਪਿੱਛੇ ਚੱਲ ਰਿਹਾ ਹੁੰਦਾ ਹੈ ਉਸ ਨੂੰ ਨੈਵੀਗੇਟ ਕਰਦੀਆਂ ਨੇ, ਉਸ ਨੂੰ ਦੱਸਦੀਆਂ ਨੇ ਕਿ ਉਸ ਦੇ ਅੱਗੇ ਇੱਕ ਸ਼ਿਪ ਚੱਲ ਰਿਹਾ ਹੈ ਤੇ ਜਿਹੜਾ ਲੁੱਕਆਊਟ ਕਰੂ ਹੁੰਦਾ ਹੈ ਸ਼ਿਪ ਦੇ ਵਿੱਚ ਉਹ ਸ਼ਿਪ ਦੀਆਂ ਇਹਨਾਂ ਲਾਈਟਾਂ ਨੂੰ ਹੀ ਦੇਖ ਕੇ ਅੰਦਾਜ਼ਾ ਲਗਾਉਂਦਾ ਹੈ ਕਿ ਸ਼ਿਪ ਕਿੱਧਰ ਨੂੰ ਜਾ ਰਿਹਾ ਹੈ, ਕਿਹੜੀ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ ਹੈ ਤੇ ਉਹ ਕਿੰਨਾ ਵੱਡਾ ਹੈ। ਜਿਵੇਂ ਕਿ ਸ਼ਿਪ ਦੇ ਰਾਈਟ ਸਾਈਡ ਦੇ ਉੱਪਰ ਇੱਕ ਛੋਟੀ ਜਿਹੀ ਗ੍ਰੀਨ ਲਾਈਟ ਲੱਗੀ ਹੁੰਦੀ ਹੈ ਤੇ ਇਹਨਾਂ ਦੋਨੇ ਲਾਈਟਾਂ ਦੇ ਵਿਚਾਲੇ ਬਿਲਕੁਲ ਟੌਪ ਦੇ ਉੱਪਰ ਇੱਕ ਵਾਈਟ ਜਾਂ ਕਿ ਯੈਲੋ ਕਲਰ ਦੀ ਲਾਈਟ ਲੱਗੀ ਹੁੰਦੀ ਹੈ। ਇਹ ਤਿੰਨੋਂ ਲਾਈਟਾਂ ਮਿਲ ਕੇ ਇੱਕ ਅਜਿਹਾ ਕੰਬੀਨੇਸ਼ਨ ਪੈਦਾ ਕਰਦੀਆਂ ਨੇ ਜਿਸ ਦੇ ਨਾਲ ਸ਼ਿਪ ਦੀ ਡਾਇਰੈਕਸ਼ਨ ਦਾ ਪਤਾ ਲੱਗ ਜਾਂਦਾ ਹੈ ਦੂਸਰੇ ਸ਼ਿਪ ਨੂੰ ਜਦੋਂ ਉਹ ਇਹਨਾਂ ਦੀ ਇਹ ਤਿੰਨੇ ਲਾਈਟਾਂ ਨੂੰ ਦੇਖਦਾ ਹੈ। ਜੇਕਰ ਰਾਤ ਨੂੰ ਸਮੁੰਦਰ ਦੇ ਵਿੱਚ ਸਾਨੂੰ ਦੂਰ ਕਿਸੇ ਸ਼ਿਪ ਦੇ ਉੱਪਰ ਗ੍ਰੀਨ ਲਾਈਟ ਦੇ ਉੱਪਰ ਯੈਲੋ ਲਾਈਟ ਚੱਲਦੀ ਹੋਈ ਦਿਖਾਈ ਦਿੰਦੀ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਜਿਹੜਾ ਇਹ ਸ਼ਿਪ ਹੈ ਇਹ ਲੈਫਟ ਤੋਂ ਰਾਈਟ ਨੂੰ ਜਾ ਰਿਹਾ ਹੈ ਤੇ ਜੇਕਰ ਤੁਹਾਨੂੰ ਸ਼ਿਪ ਦੇ ਉੱਪਰ ਰੈੱਡ ਲਾਈਟ ਤੇ ਯੈਲੋ ਲਾਈਟ ਇਕੱਠੇ ਚੱਲਦੇ ਹੋਏ ਦਿਖਾਈ ਦੇਣ ਤਾਂ ਇਸ ਦਾ ਮਤਲਬ ਇਹ ਹੈ ਕਿ ਸ਼ਿਪ ਰਾਈਟ ਤੋਂ ਲੈਫਟ ਨੂੰ ਜਾ ਰਿਹਾ ਹੈ। ਜੇਕਰ ਸਮੁੰਦਰ ਦੇ ਵਿੱਚ ਤੁਹਾਨੂੰ ਇਹ ਤਿੰਨੇ ਲਾਈਟਾਂ ਕੁਝ ਇਸ ਤਰ੍ਹਾਂ ਦੇ ਨਾਲ ਦਿਖਾਈ ਦੇ ਰਹੀਆਂ ਨੇ ਤਾਂ ਇਸ ਦਾ ਮਤਲਬ ਇਹ ਹੈ ਕਿ ਸਮੁੰਦਰ ਦੇ ਵਿੱਚ ਤੇਜ਼ੀ ਨਾਲ ਤੈਰਦੀ ਹੋਈ ਸ਼ਿਪ ਤੁਹਾਡੇ ਹੀ ਸ਼ਿਪ ਵੱਲ ਨੂੰ ਆ ਰਹੀ ਹੈ। ਇਹ ਤਾਂ ਸੀ ਸ਼ਿਪ ਟੂ ਸ਼ਿਪ ਦੀ ਗੱਲ, ਪਰ ਸਮੁੰਦਰ ਦੇ ਵਿੱਚ ਤੈਰ ਰਹੇ ਟਾਈਟੈਨਿਕ ਜਹਾਜ਼ ਨੂੰ ਤਾਂ ਇੱਕ ਆਈਸਬਰਗ ਨੇ ਡੁਬਾਇਆ ਸੀ। ਹੁਣ ਇਹ ਤਾਂ ਮੰਨ ਲਈ
ਲੈਂਦੇ ਹਾਂ ਕਿ ਇਹਨਾਂ ਲਾਈਟਾਂ ਦੇ ਜ਼ਰੀਏ ਅਸੀਂ ਸਮੁੰਦਰ ਦੇ ਵਿੱਚ ਤੈਰ ਰਹੇ ਦੂਜੇ ਸਮੁੰਦਰੀ ਜਹਾਜ਼ਾਂ ਨੂੰ ਦੇਖ ਸਕਦੇ ਹਾਂ, ਪਰ ਅਸੀਂ ਇੱਕ ਆਈਸਬਰਗ ਨੂੰ ਕਿਵੇਂ ਦੇਖ ਸਕਦੇ ਹਾਂ? ਆਈਸਬਰਗ ਜਾਂ ਫਿਰ ਇੱਦਾਂ ਦੀ ਜਿਹੜੀਆਂ ਹੋਰ ਚੀਜ਼ਾਂ ਸਮੁੰਦਰ ਦੇ ਵਿੱਚ ਮੌਜੂਦ ਹੁੰਦੀਆਂ ਨੇ ਉਹਨਾਂ ਨੂੰ ਦੇਖਣ ਦੇ ਲਈ ਤਾਂ ਸਾਨੂੰ ਹੈੱਡਲਾਈਟ ਦੀ ਜ਼ਰੂਰਤ ਪਵੇਗੀ ਹੀ। ਹੁਣ ਆਪਾਂ ਹੈੱਡਲਾਈਟ ਦੀ ਸਾਇੰਸ ਨੂੰ ਸਮਝ ਰਹੇ ਹਾਂ ਕਿ ਹੈੱਡਲਾਈਟ ਆਖਰ ਕੰਮ ਕਿਵੇਂ ਕਰਦੀ ਹੈ। ਜਦੋਂ ਹੈੱਡਲਾਈਟ ਕਿਸੇ ਸਾਹਮਣੇ ਪਈ ਚੀਜ਼ ਦੇ ਉੱਪਰ ਪੈਂਦੀ ਹੈ ਤਾਂ ਉਹ ਸਾਨੂੰ ਚੀਜ਼ ਸਾਫ਼ ਸਾਫ਼ ਦਿਖਾਈ ਦੇਣ ਲੱਗ ਜਾਂਦੀ ਹੈ, ਕਿਉਂਕਿ ਹੈੱਡਲਾਈਟ ਦੇ ਵਿੱਚੋਂ ਜਿਹੜੀਆਂ ਕਿਰਨਾਂ ਨਿਕਲ ਰਹੀਆਂ ਹੁੰਦੀਆਂ ਨੇ ਉਹ ਉਸ ਚੀਜ਼ ਦੇ ਵਿੱਚ ਟਕਰਾਉਂਦੀਆਂ ਨੇ, ਉਹ ਸਾਹਮਣੇ ਪਏ ਓਬਜੈਕਟ ਦੇ ਉੱਪਰ ਟਕਰਾਉਂਦੀਆਂ ਨੇ, ਜਿਸ ਦੇ ਨਾਲ ਸਾਨੂੰ ਦਿਖਾਈ ਦਿੰਦਾ ਹੈ। ਜਿਵੇਂ ਕਿ ਜਦੋਂ ਕੋਈ ਇਨਸਾਨ ਕਾਰ ਦੇ ਵਿੱਚ ਜਾ ਰਿਹਾ ਹੁੰਦਾ ਤਾਂ ਉਹ ਆਪਣੀ ਹੈੱਡਲਾਈਟ ਦੇ ਨਾਲ ਸਾਹਮਣੇ ਕਿਸੇ ਪਈ ਹੋਈ ਚੀਜ਼ ਨੂੰ ਓਬਜ਼ਰਵ ਕਰ ਲੈਂਦਾ ਹੈ, ਦੇਖ ਲੈਂਦਾ ਹੈ ਕਿ ਉਹ ਚੀਜ਼ ਕਿੰਨੀ ਵੱਡੀ ਹੈ ਤੇ ਕਿੰਨੀ ਦੂਰੀ ਤੇ ਹੈ। ਜੇਕਰ ਤੁਸੀਂ 4 ਤੋਂ 5 ਮੀਟਰ ਲੰਬੀ ਕਿਸੇ ਕਾਰ ਦੇ ਵਿੱਚ ਡਰਾਈਵ ਕਰ ਰਹੇ ਹੋ ਤਾਂ ਤੁਹਾਡੀ ਹੈੱਡਲਾਈਟ ਘੱਟ ਤੋਂ ਘੱਟ 100 ਮੀਟਰ ਤੱਕ ਦੂਰ ਤੱਕ ਜਾਣੀ ਚਾਹੀਦੀ ਹੈ ਤਾਂ ਕਿ ਤੁਹਾਨੂੰ ਓਨਾ ਸਮਾਂ ਮਿਲ ਸਕੇ ਉਸ ਚੀਜ਼ ਨੂੰ ਦੇਖ ਕੇ ਸਾਹਮਣੇ ਆਪਣਾ ਡਿਸੀਜਨ ਲੈਣ ਦਾ, ਆਪਣੀ ਕਾਰ ਨੂੰ ਰੋਕਣ ਦਾ ਜਾਂ ਮੁੜਨ ਦਾ। ਪਰ ਜੇਕਰ ਤੁਸੀਂ ਕਿਸੇ ਸ਼ਿਪ ਦੇ ਕੈਪਟਨ ਹੋ ਤਾਂ ਇਹ ਸਾਰੀ ਦੀ ਸਾਰੀ ਮੇਜਰਮੈਂਟ ਇੱਥੇ ਬਦਲ ਜਾਂਦੀ ਹੈ। ਜਿਵੇਂ ਕਿ ਆਪਾਂ ਟਾਇਟੈਨਿਕ ਦੀ ਗੱਲ ਹੀ ਕਰ ਲੈਂਦੇ ਹਾਂ, ਟਾਇਟੈਨਿਕ ਤਕਰੀਬਨ 250 ਮੀਟਰ ਲੰਬਾ ਸੀ ਤੇ ਅੱਜ ਦੇ ਸਮੇਂ ਮੋਸਟਲੀ ਜਿਹੜੇ ਸ਼ਿਪ ਚੱਲਦੇ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਸ਼ਿਪ 500 ਮੀਟਰ ਲੰਬੇ ਹੁੰਦੇ ਨੇ, ਜਾਣੀ ਕਿ ਉਹ 1.5 ਕਿਲੋਮੀਟਰ ਤੱਕ ਲੰਬੇ ਹੁੰਦੇ ਨੇ। ਤੇ ਸ਼ਿਪ ਦੇ ਵਿੱਚ ਇੱਕ ਵੀਲ ਹਾਊਸ ਹੁੰਦਾ ਹੈ ਜਿੱਥੋਂ ਕੈਪਟਨ ਪੂਰੇ ਦੇ ਪੂਰੇ ਸ਼ਿਪ ਨੂੰ ਕੰਟਰੋਲ ਕਰਦਾ ਹੈ ਤੇ ਜਿਹੜਾ ਇਹ ਵੀਲ ਹਾਊਸ ਹੁੰਦਾ ਹੈ ਇਹ ਬਿਲਕੁਲ ਸ਼ਿਪ ਦੇ ਵਿਚਾਲੇ ਹੁੰਦਾ ਹੈ ਜਿੱਥੋਂ ਪੂਰੇ ਦੇ ਪੂਰੇ ਸ਼ਿਪ ਨੂੰ ਚਲਾਇਆ ਜਾਂਦਾ ਹੈ। ਹੁਣ ਕਾਰ ਦੀਆਂ ਜਿੰਨੀਆਂ ਵੀ ਮਰਜ਼ੀ ਪਾਵਰਫੁਲ ਹੈੱਡਲਾਈਟਾਂ ਹੋਣ ਉਹ ਹੈੱਡਲਾਈਟਾਂ ਸ਼ਿਪ ਦੇ ਵਿੱਚ ਕਿਸੇ ਵੀ ਕੰਮ ਦੀਆਂ ਨਹੀਂ ਹੋਣਗੇ, ਸ਼ਿਪ ਦੇ ਵਿੱਚ ਉਹ ਯੂਜ਼ਲੈਸ ਹੀ ਨੇ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੀ ਹੈ ਕਿ ਟਾਇਟੈਨਿਕ ਕਰੂ ਨੇ 500 ਮੀਟਰ ਦੂਰ ਤੋਂ ਹੀ ਆਈਸਬਰਗ ਨੂੰ ਦੇਖ ਲਿਆ ਸੀ ਸਮੁੰਦਰ ਦੇ ਵਿੱਚ, ਪਰ ਫਿਰ ਵੀ ਉਹ ਟਾਇਟੈਨਿਕ ਜਹਾਜ਼ ਨੂੰ ਆਈਸਬਰਗ ਦੇ ਨਾਲ ਟਕਰਾਉਣ ਤੋਂ ਨਹੀਂ ਰੋਕ ਪਾਏ ਸਨ ਤੇ ਜਦਕਿ ਉਸ ਸਮੇਂ ਟਾਇਟੈਨਿਕ ਜਹਾਜ਼ ਦੀ ਜਿਹੜੀ ਸਪੀਡ ਸੀ ਉਹ 41 ਕਿਲੋਮੀਟਰ ਪ੍ਰਤੀ ਘੰਟਾ ਹੀ ਸੀ। ਜਾਣੀ ਕਿ ਜੇਕਰ ਸ਼ਿਪ ਨੂੰ ਆਪਾਂ ਕਿਸੇ ਚੀਜ਼ ਦੇ ਨਾਲ ਟਕਰਾਉਣ ਤੋਂ ਰੋਕਣਾ ਹੈ ਤਾਂ ਉਸ ਦੇ ਵਿੱਚ ਤੁਹਾਡੀ ਦੂਰੀ ਜਿਹੜੀ ਚਾਹੀਦੀ ਹੈ ਉਹ ਘੱਟ ਤੋਂ ਘੱਟ 4 ਤੋਂ 5 ਕਿਲੋਮੀਟਰ ਚਾਹੀਦੀ ਹੈ ਤੇ ਇਸ ਦਾ ਮਤਲਬ ਹੈ ਬਹੁਤ ਜ਼ਿਆਦਾ ਤਕੜੇ ਲੈਵਲ ਦੀ ਹੈੱਡਲਾਈਟ। ਇੰਨੀ ਵੱਡੀ ਹੈੱਡਲਾਈਟ ਟੈਕਨੀਕਲੀ ਤਾਂ ਪੋਸੀਬਲ ਹੈ, ਪਰ ਇੱਥੇ ਕਾਰਨ ਇਹ ਵੀ ਹੈ ਕਿ ਜਿਹੜਾ ਸ਼ਿਪ ਤੁਹਾਡੇ ਸਾਹਮਣੇ ਉਸ ਸਮੇਂ ਹੋਵੇਗਾ ਇਹ ਉਸ ਦੀ ਵਿਜੀਬਿਲਟੀ ਬਿਲਕੁਲ ਖਤਮ ਕਰ ਦੇਵੇਗੀ। ਜਾਣੀ ਕਿ ਇੰਨੀ ਤੇਜ਼ ਲਾਈਟ ਦੇ ਵਿੱਚ ਜਿਹੜਾ ਸ਼ਿਪ ਤੁਹਾਡੇ ਸਾਹਮਣੇ ਆ ਰਿਹਾ ਹੋਊਗਾ ਉਸ ਨੂੰ ਸਿਰਫ ਤੁਹਾਡੀ ਹੈੱਡਲਾਈਟ ਹੀ ਦਿਸੇਗੀ, ਇਸ ਤੋਂ ਬਿਨਾਂ ਕੁਝ ਨਹੀਂ ਦਿਸੇਗਾ, ਨਾ ਤੁਹਾਡੇ ਸ਼ਿਪ ਦੀਆਂ ਨੈਵੀਗੇਸ਼ਨ ਲਾਈਟਾਂ ਦਿਸਣਗੀਆਂ, ਨਾ ਤੁਹਾਡੀ ਸ਼ਿਪ ਦੀ ਕੋਈ ਡਿਮੈਂਸ਼ਨ ਦਿਸੇਗੀ ਵੀ ਇਹ ਕਿੰਨਾ ਵੱਡਾ ਹੈ। ਇਹ ਚੀਜ਼ ਦਾ ਅੰਦਾਜ਼ਾ ਤੁਸੀਂ ਇਸ ਤਰ੍ਹਾਂ ਲਗਾ ਸਕਦੇ ਹੋ ਜਿਵੇਂ ਤੁਸੀਂ ਰਾਤ ਨੂੰ ਕਾਰ ਦੇ ਵਿੱਚ ਜਾ ਰਹੇ ਹੋ ਤਾਂ ਸਾਹਮਣੇ ਤੋਂ ਬਹੁਤ ਜ਼ਿਆਦਾ ਤੇਜ਼ ਲਾਈਟਾਂ ਵਾਲੀ ਕੋਈ ਬੱਸ ਤੁਹਾਡੇ ਅੱਗੇ ਆ ਜਾਂਦੀ ਹੈ, ਉਸ ਦੇ ਨਾਲ ਤੁਹਾਡੀਆਂ ਅੱਖਾਂ ਮੂਹਰੇ ਹਨੇਰਾ ਆ ਜਾਂਦਾ ਹੈ, ਸਭ ਕੁਝ ਦੇਖਣਾ ਬੰਦ ਹੋ ਜਾਂਦਾ ਹੈ। ਅਜਿਹੇ ਦੇ ਵਿੱਚ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਐਕਸੀਡੈਂਟ ਹੋਣ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ, ਪਰ ਸਮੁੰਦਰ ਦੇ ਵਿੱਚ ਇਹ ਸਾਰੀਆਂ ਕੰਡੀਸ਼ਨਾਂ ਹੋਰ ਵੀ ਜ਼ਿਆਦਾ ਵੱਧ ਤੋਂ ਬਦਤਰ ਹੋ ਜਾਂਦੀਆਂ ਨੇ, ਕਿਉਂਕਿ ਜਿਹੜੀ ਸੜਕ ਹੁੰਦੀ ਹੈ ਉਹ ਬਿਲਕੁਲ ਫਲੈਟ ਹੁੰਦੀ ਹੈ ਤੇ ਸਮੁੰਦਰ ਆ ਜਿਹੜਾ ਉਥਲ ਪੁਥਲ ਹੁੰਦਾ ਹੈ। ਇਹ ਜਿਹੜੀਆਂ ਸ਼ਿਪ ਹੁੰਦੀਆਂ ਨੇ ਉਹ ਸਮੁੰਦਰ ਦੇ ਵਿੱਚ ਲਹਿਰਾ ਕੇ ਤੇ ਉੱਪਰ ਥੱਲੇ ਹੋ ਕੇ ਚੱਲਦੀਆਂ ਨੇ, ਤੇ ਜੇਕਰ ਸ਼ਿਪ ਦੇ ਵਿੱਚ ਕੋਈ ਹੈੱਡਲਾਈਟ ਲੱਗੀ ਵੀ ਹੋਵੇਗੀ ਤਾਂ ਉਹ ਵੀ ਇਸ ਸ਼ਿਪ ਦੇ ਨਾਲ ਹੀ ਉੱਪਰ ਥੱਲੇ ਹੁੰਦੀ ਰਹੇਗੀ ਤੇ ਇਸ ਤਰ੍ਹਾਂ ਲਹਿਰਾਂ ਦੇ ਵਾਰ ਵਾਰ ਟਕਰਾਉਣ ਦੇ ਨਾਲ ਜਿਹੜੀ ਤੁਹਾਡੀ ਸ਼ਿਪ ਦੀ ਲਾਈਟ ਹੋਵੇਗੀ ਹੈੱਡਲਾਈਟ ਉਸ ਦਾ ਵਿਜ਼ਨ ਖਰਾਬ ਹੋ ਜਾਵੇਗਾ, ਇਸ ਦੇ ਨਾਲ ਤੁਹਾਨੂੰ ਵੀ ਜਾਂ ਕਿ ਉਸ ਸ਼ਿਪ ਚਲਾਉਣ ਵਾਲੇ ਨੂੰ ਵੀ ਸਹੀ ਸਾਫ਼ ਦਿਖਾਈ ਨਹੀਂ ਦੇਗਾ ਕਿ ਉਸ ਦੇ ਅੱਗੇ ਆਖਰ ਅਸਲ ਦੇ ਵਿੱਚ ਹੈ ਕੀ। ਜਾਣੀ ਕਿ ਸ਼ਿਪ ਦੇ ਉੱਪਰ ਹੈੱਡਲਾਈਟ ਲਗਾਉਣ ਦੇ ਨਾਲ ਡਬਲ ਦੁਰਘਟਨਾ ਦੇ ਚਾਂਸ ਬਣ ਜਾਂਦੇ ਨੇ, ਇੱਕ ਤਾਂ ਸਾਹਮਣੇ ਵਾਲਾ ਸ਼ਿਪ ਤੁਹਾਡੀ ਸ਼ਿਪ ਨਾਲ ਟਕਰਾ ਸਕਦਾ ਹੈ ਕਿਉਂਕਿ ਉਸ ਨੂੰ ਸਹੀ ਨਹੀਂ ਦਿਖ ਰਿਹਾ, ਫਿਰ ਤੁਹਾਡੀ ਹੈੱਡਲਾਈਟ ਹੀ ਉਸ ਨੂੰ ਦਿਖ ਰਹੀ ਹੈ, ਇਸ ਤੋਂ ਬਿਨਾਂ ਉਸ ਨੂੰ ਹੋਰ ਕੋਈ ਵੀ ਅੰਦਾਜ਼ਾ ਨਹੀਂ ਹੋ ਰਿਹਾ, ਤੇ ਦੂਸਰਾ ਤੁਹਾਡੇ ਖੁਦ ਹੀ ਸ਼ਿਪ ਦੀ ਜਿਹੜੀ ਹੈੱਡਲਾਈਟ ਹੋਵੇ ਉਸ ਦਾ ਜਿਹੜਾ ਰਿਫਲੈਕਸ਼ਨ ਪਵੇਗਾ ਲਹਿਰਾਂ ਦੇ ਨਾਲ ਮਿਲ ਕੇ, ਉਸ ਦੇ ਨਾਲ ਤੁਸੀਂ ਆਪ ਹੀ ਆਪਣੇ ਸ਼ਿਪ ਨੂੰ ਚੰਗੀ ਤਰ੍ਹਾਂ ਦੇ ਨਾਲ ਨਹੀਂ ਗਾਈਡ ਕਰ ਪਾਓਗੇ। ਇਸ ਚੀਜ਼ ਦੇ ਨਾਲ ਸਭ ਤੋਂ ਵੱਡਾ ਨੁਕਸਾਨ ਇਹ ਵੀ ਹੋਵੇਗਾ ਕਿ ਤੁਹਾਡੀ ਹੈੱਡਲਾਈਟ ਦੀ ਵਜ੍ਹਾ ਦੇ ਨਾਲ ਤੁਹਾਡੀ ਸ਼ਿਪ ਦੀ ਹੈੱਡਲਾਈਟ ਦੀ ਵਜ੍ਹਾ ਦੇ ਨਾਲ ਜਿਹੜੀ ਸ਼ਿਪ ਦੇ ਉੱਪਰ ਨੈਵੀਗੇਸ਼ਨ ਲਾਈਟਾਂ ਲੱਗੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਕੋਈ ਦੂਸਰਾ ਸ਼ਿਪ ਨਹੀਂ ਦੇਖ ਪਾਵੇਗਾ, ਜਾਣੀ ਕਿ ਡਿਜ਼ਾਸਟਰ ਦੀ ਜਾਂ ਕਈ ਦੁਰਘਟਨਾ ਦੇ ਹੋਰ ਚਾਂਸ ਵੱਧ ਜਾਣਗੇ। ਇਸ ਕਰਕੇ ਨੈਵੀਗੇਸ਼ਨ ਲਾਈਟਾਂ ਨੂੰ ਹੀ ਸਮੁੰਦਰ ਦੇ ਵਿੱਚ ਟਰੈਵਲ ਕਰਨ ਦੇ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ, ਕਿਉਂਕਿ ਇਹਨਾਂ ਲਾਈਟਾਂ ਦੇ ਜ਼ਰੀਏ ਹੀ ਆਪਣੀ ਅਸੀਂ ਪੋਜੀਸ਼ਨ ਅਤੇ ਆਪਣੀ ਮੂਵੀ ਡਾਇਰੈਕਸ਼ਨ ਜਾਣੀ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਉਹ ਸਾਹਮਣੇ ਵਾਲੀ ਸ਼ਿਪ ਨੂੰ ਦੱਸ ਸਕਦੇ ਹਾਂ ਤੇ ਸਾਹਮਣੇ ਵਾਲੀ ਸ਼ਿਪ ਦੀ ਅਸੀਂ ਜਾਣ ਸਕਦੇ ਹਾਂ ਇਹਨਾਂ ਲਾਈਟਾਂ ਦੇ ਕਾਰਨ। ਹੁਣ ਗੱਲ ਕਰੀਏ ਰਾਤ ਦੇ ਹਨੇਰੇ ਦੇ ਵਿੱਚ ਵੱਡੇ ਇਸ ਤਰ੍ਹਾਂ ਦੇ ਆਈਸਬਰਗ ਤੋਂ ਬਚਣ ਦੇ ਲਈ। ਪਹਿਲਾਂ ਦੇ ਸਮੇਂ ਦੇ ਵਿੱਚ ਇਹ ਚੀਜ਼ ਸ਼ਿਪ ਦੇ ਲਈ ਥੋੜੀ ਮੁਸ਼ਕਲ ਸੀ, ਉਸ ਸਮੇਂ ਕੈਪਟਨ ਨੂੰ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਲੌਕਆਊਟ ਕਰੂ ਹੁੰਦਾ ਸੀ ਉਹਨਾਂ ਦੇ ਉੱਤੇ ਹੀ ਨਿਰਭਰ ਹੋਣਾ ਪੈਂਦਾ ਸੀ ਅਜਿਹੀਆਂ ਚੀਜ਼ਾਂ ਨੂੰ ਦੇਖਣ ਦੇ ਲਈ, ਪਰ ਅੱਜ ਦੇ ਸਮੇਂ ਰਡਾਰ ਅਤੇ GPS ਵਰਗੀ ਟੈਕਨੋਲੋਜੀਆਂ ਆ ਚੁੱਕੀਆਂ ਨੇ ਸ਼ਿਪ ਦੇ ਅੰਦਰ, ਇਹਨਾਂ ਚੀਜ਼ਾਂ
ਉਹਨਾਂ ਦੀ ਮਦਦ ਨਾਲ ਤੁਸੀਂ ਰਾਤ ਦੇ ਹਨੇਰੇ ਦੇ ਵਿੱਚ ਕਈ ਕਿਲੋਮੀਟਰ ਦੂਰ ਤੱਕ ਵੀ ਕਿਸੇ ਵੀ ਚੀਜ਼ ਨੂੰ ਸਮੁੰਦਰ ਦੇ ਵਿੱਚ ਦੇਖ ਸਕਦੇ ਹੋ। ਇਸ ਤੋਂ ਬਿਨਾਂ ਇੱਕ ਹੋਰ ਵੀ ਬਹੁਤ ਵੱਡਾ ਕਾਰਨ ਹੈ ਜਿਸ ਦੇ ਕਾਰਨ ਬਹੁਤ ਜ਼ਿਆਦਾ ਤੇਜ਼ ਹੈੱਡਲਾਈਟ ਨੂੰ ਵੀ ਸਮੁੰਦਰੀ ਜਹਾਜ਼ ਦੇ ਅੱਗੇ ਜਾਂ ਕਈ ਹੈੱਡਲਾਈਟ ਨੂੰ ਵੀ ਸ਼ਿਪ ਦੇ ਅੱਗੇ ਨਹੀਂ ਲਗਾਇਆ ਜਾਂਦਾ। ਇਹ ਕਾਰਨ ਹੈ ਜੀ ਮਰੀਨ ਲਾਈਫ। ਸਮੁੰਦਰ ਦੇ ਵਿੱਚ ਰਹਿਣ ਵਾਲੇ ਸਾਰੇ ਜੀਵ ਜੰਤੂ ਲਾਈਟ ਦੇ ਪ੍ਰਤੀ ਕਾਫ਼ੀ ਜ਼ਿਆਦਾ ਸੈਂਸਿਟਿਵ ਹੁੰਦੇ ਨੇ। ਸ਼ਿਪ ਦੀ ਇੰਨੀ ਤੇਜ਼ ਲਾਈਟ ਇਹ ਸਮੁੰਦਰੀ ਜੀਵਾਂ ਨੂੰ ਕਨਫਿਊਜ਼ ਕਰ ਸਕਦੀ ਹੈ। ਇਹ ਵੀ ਇੱਕ ਕਾਰਨ ਹੈ ਜਿਸ ਕਰਕੇ ਸ਼ਿਪ ਦੇ ਵਿੱਚ ਵੱਡੀਆਂ ਜਾਂ ਤੇਜ਼ ਹੈੱਡਲਾਈਟਾਂ ਨਹੀਂ ਲਗਾਈਆਂ ਜਾਂਦੀਆਂ। ਕੁਝ ਸਮੁੰਦਰੀ ਬਹੁਤ ਵੱਡੀਆਂ ਹੈੱਡਲਾਈਟਾਂ ਲਗਾਈਆਂ ਜਾਂਦੀਆਂ ਨੇ। ਇਹ ਲਾਈਟ ਇਹਨਾਂ ਜਹਾਜ਼ਾਂ ਦੇ ਟੌਪ ਦੇ ਉੱਪਰ ਲੱਗੀ ਹੁੰਦੀ ਹੈ। ਇਹਨਾਂ ਦੇ ਵਿੱਚ ਜਿਹੜੇ ਮੈਕਸੀਮਮ ਜਹਾਜ਼ ਹੁੰਦੇ ਨੇ ਉਹ ਸਾਰੇ ਆਈਸ ਬ੍ਰੇਕਰ ਹੁੰਦੇ ਨੇ।